ਬਰਗਰ ਹੋਇਆ ਲੇਟ ਤਾਂ ਚੱਲੀਆਂ ਤਾੜ ਤਾੜ ਗੋਲੀਆਂ। ਰੈਸਟੋਰੈਂਟ ਦੇ ਵਿੱਚ ਖੂਨ ਖਰਾਬਾ ਹੋਇਆ। ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਇੱਕ ਕਰਿੰਦੇ ਨੇ ਗ੍ਰਾਹਕ 'ਤੇ ਫਾਇਰਿੰਗ ਕੀਤੀ ਹੈ। ਦੱਸਦੇ ਕਿ ਬਰਗਰ ਲੇਟ ਹੋਇਆ ਤਾਂ ਗਾਹਕ ਜਿਹੜਾ ਉਹ ਰੈਸਟੋਰੈਂਟ ਦੇ ਕਰਿੰਦਿਆਂ ਨੂੰ ਪੁੱਛਣ ਲੱਗ ਪਿਆ, ਇਹਨੇ ਨੂੰ ਤੂੰ ਤੂੰ ਮੈਂ ਹੋ ਗਈ, ਗੱਲ ਇੰਨੀ ਵੱਧ ਗਈ ਕਿ ਕਰਿੰਦੇ ਦੇ ਵੱਲੋਂ ਇੱਥੇ ਫਾਇਰਿੰਗ ਕੀਤੀ ਗਈ। ਕੱਥੂ ਨੰਗਲ ਦੇ ਟੋਲ ਪਲਾਜ਼ਾ ਦੇ ਨਜ਼ਦੀਕ ਇੱਕ ਰੈਸਟੋਰੈਂਟ ਦਾ ਇਹ ਮਾਮਲਾ ਹੈ। ਜ਼ਖਮੀ ਨੌਜਵਾਨ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਕਿ ਸੁਰਜੀਤ ਸਿੰਘ ਨਾਮ ਦਾ ਇਹ ਮੁੰਡਾ ਜੋ ਕਿ ਸਰਪੰਚ ਦਾ ਬੇਟਾ ਹੈ, ਇੱਥੇ ਰੈਸਟੋਰੈਂਟ ਦੇ ਵਿੱਚ ਬਰਗਰ ਖਾਣ ਦੇ ਲਈ ਆਇਆ ਸੀ। ਉਸਨੇ ਇਸ ਦੌਰਾਨ ਆਰਡਰ ਕੀਤਾ ਅਤੇ ਜਦੋਂ ਬਰਗਰ ਨਾ ਪਹੁੰਚਿਆ ਤਾਂ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਦੇ ਵੱਲੋਂ ਗ੍ਰਾਹਕ ਦੇ ਨਾਲ ਤੂੰ ਤੂੰ ਮੈਂ ਸ਼ੁਰੂ ਕਰ ਦਿੱਤੀ ਗਈ। ਬਹਿਸ ਇੰਨੀ ਵੱਧ ਗਈ ਕਿ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਨੌਜਵਾਨ ਨੇ ਗ੍ਰਾਹਕ ਸੁਰਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਸੁਰਜੀਤ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਦੇ ਇੱਕ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਉੱਥੇ ਹੀ ਸੁਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਪੂਰੀ ਗੱਲਬਾਤ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਸੁਰਜੀਤ ਕੱਥੂ ਨੰਗਲ ਟੋਲ ਪਲਾਜ਼ੇ ਦੇ ਨਜ਼ਦੀਕ ਇੱਕ ਰੈਸਟੋਰੈਂਟ 'ਤੇ ਬਰਗਰ ਖਾਣ ਗਿਆ ਸੀ। ਜਦੋਂ ਉਸਨੇ ਬਰਗਰ ਦਾ ਆਰਡਰ ਦਿੱਤਾ ਅਤੇ ਬਰਗਰ ਕਾਫੀ ਦੇਰ ਤੱਕ ਉਸਨੂੰ ਨਹੀਂ ਮਿਲਿਆ ਤਾਂ ਉਸਨੇ ਰੈਸਟੋਰੈਂਟ ਦੇ ਨੌਜਵਾਨ ਨਾਲ ਗੱਲਬਾਤ ਕੀਤੀ, ਪਰ ਉਲਟਾ ਉਸ ਨੌਜਵਾਨ ਨੇ ਅੱਗਿਓਂ ਬਦਸਲੂਕੀ ਕੀਤੀ ਔਰ ਇਸ ਦੌਰਾਨ ਉਸਨੇ ਸੁਰਜੀਤ ਸਿੰਘ 'ਤੇ ਗੋਲੀ ਚਲਾ ਦਿੱਤੀ ਅਤੇ ਹੁਣ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਮੌਕੇ 'ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ। ਕਿਉਂ ਮੌਕਾ ਦਿੱਤਾ ਅਸੀਂ ਹੈ ਨਹੀਂ ਗਏ, ਸੁਣ ਕੇ ਸੁਣਾਏ ਤੁਸੀਂ ਸੁਣੀ ਤਾਂ ਗੱਲ ਆ ਜਿਹੜੀ ਉਹ ਆ। ਹਾਂਜੀ, ਉਹ ਗੋਲੀ ਆ ਕੇਵਲ ਸਿੰਘ ਘੁਬਰਿਆਮ ਦਾ, ਉਹ ਅੱਗੇ ਵੀ ਦੱਸਦੇ ਆ ਵੀ ਅੱਗੇ ਵੀ ਉਹਨੇ ਚਲਾਈ ਸੀ ਉਬਰਿਆਮ ਪਿੰਡ ਦੇ ਵਿੱਚ ਨਾ, ਉਹਨੇ ਕਿਸੇ ਨਾ ਉਹਨਾਂ ਗੋਲੀ ਅੱਗੇ ਵੀ ਚਲਾਈ ਸੀ। ਉਹਨਾਂ ਕਿਤੇ ਪੈਸੇ ਦੇ ਦੇ ਕੇ ਅਤੇ ਉਹਨੇ ਫੈਸਲਾ ਕਰ ਲਿਆ, ਉਦੋਂ ਉਹ ਟਿੜ ਗਿਆ ਅਤੇ ਉਹਨੂੰ ਨਾ ਉਹਦਾ ਪਾਇਆ ਵਾ ਅੱਜ ਕੱਲ੍ਹ ਸਾਰਿਆਂ ਲੋਕਾਂ ਨੇ ਵੀ ਇਹ ਇਹ ਜਿੱਥੇ ਪੰਗਾ ਲੈਂਦਾ ਪੰਗਾ ਲੈਂਦਾ ਅਤੇ ਇਹਦਾ ਦਿਮਾਗ ਮੈਡਲ ਵਾ, ਆਹ ਲੋਕਾਂ ਨੇ ਨਾ ਉਹਦਾ ਪਾਇਆ ਚਲਾਈ। ਸਜ਼ਾ ਤਾਂ ਇਹਨੇ ਹੁਣ ਪੂਰੀ ਫੁੱਲ ਹੋਣੀ ਚਾਹੀਦੀ ਆ, ਉਹ ਸੰਜੋਗ ਉਹ ਪਰਸੋਂ ਸਹੀ ਮਿਲ ਲਿਆ। ਦੇਖੋ ਖਿਆਲ ਤਾਂ ਹੈ ਵੀ ਫੜੇ ਜਾਣਗੇ, ਪੰਜਾਬ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਐਸੇ ਤੁਰੇ ਫਿਰਦੇ ਨੇ ਅੰਮ੍ਰਿਤਸਰ ਤੁਰੇ ਫਿਰਦੇ ਨੇ ਅਤੇ ਲੈ ਕੇ ਸਿਹਾਰ ਲੈ ਕੇ ਤੁਰੇ ਫਿਰਦੇ ਨੇ, ਇਹਨਾਂ ਨੱਥ ਪਾਉਣੀ ਚਾਹੀਦੀ ਆ, ਇਹਨਾਂ ਸਜ਼ਾ ਮਿਲਣੀ ਚਾਹੀਦੀ ਆ। ਬੱਚੇ ਲਾਸਟ ਤੇ ਅਜੇ ਮੈਂ ਮਿਲਿਆ ਨੀਗਾ ਅਤੇ ਉਹਦਾ ਠੀਕ ਸੁਣ ਪਤਾ ਲੱਗਦਾ ਵੀ ਠੀਕ ਆ ਕਿਨੂੰ ਫਰਕ ਪਿਆ, ਰਾਤੀ ਕੋਲ ਜ਼ਿਆਦਾ ਹੁਣ ਠੀਕ ਆ। ਕਾਰਵਾਈ ਕਰਨ ਲੱਗੇ ਬਿਆਨ ਲੈ ਕੇ ਕਾਰਵਾਈ ਕਰਨ ਲੱਗੇ। ਹਾਂਜੀ ਹਾਂਜੀ।